Like the video, subscribe to the channel and press the bell icon for latest video update. ਜਿਹੜਾ ਨਵਜੋਤ ਸਿੱਧੂ ਆ ਜਿਹੜੀ ਤੁਸੀਂ ਗੱਲ ਕੀਤੀ ਆ ਢੀਂਡਸਾ ਸਾਹਿਬ ਨਾਲ, ਕਿਉਂਕਿ ਢੀਂਡਸਾ ਸਾਹਿਬ ਦਾ ਜਿਹੜਾ ਢੀਂਡਸਾ ਦਾ ਅਕਾਲੀ ਦਲ ਆ ਉਹ ਦਿਨੋ ਦਿਨ ਮਜ਼ਬੂਤ ਹੋ ਰਿਹਾ ਤੇ ਚੋਣਾਂ 'ਚ ਅਜੇ 1.5 ਸਾਲ ਪਿਆ। ਹਾਂਜੀ, ਤੇ ਨਵਜੋਤ ਸਿੱਧੂ ਵੀ ਜੋ ਲੱਗਦਾ ਅਜੇ ਆਪਣੇ ਪਰ ਵਾਚ ਰਿਹਾ ਵੇਖ ਰਿਹਾ, ਉਹ ਇੰਨੀ ਜਲਦੀ ਕਾਲਾ ਕਦਮ ਨਹੀਂ ਚੁੱਕ ਸਕਦਾ, ਕਿਉਂਕਿ ਅਜੇ ਜੇ ਚੁੱਕਣਾ ਪਿਆ ਤਾਂ ਮੈਨੂੰ ਲੱਗਦਾ ਜਨਵਰੀ ਫਰਵਰੀ ਚੁੱਕੂਗਾ, ਕਿਉਂਕਿ 4-5 ਮਹੀਨੇ ਅਜੇ ਹੈਗੇ। ਅਗਲਾ ਸਾਲ ਚੋਣਾਂ ਦਾ ਬੜਾ, ਭਾਵੇਂ ਚੋਣਾਂ ਦਾ ਡੱਗਾ ਵਜਾਤਾ ਵਿਗੜ ਵੱਜ ਚੁੱਕਾ, ਲੋਕ ਤਿਆਰੀਆਂ 'ਚ ਲੱਗੇ ਆ। ਇਹ ਜੋ ਬਾਦਲ ਨੂੰ ਜਿੰਨਾ ਕਮਜ਼ੋਰ ਕਰੂਗਾ ਢੀਂਡਸਾ, ਓਨਾ ਹੀ ਜਿਹੜਾ ਇਹ ਭਾਜਪਾ ਪੰਜਾਬ 'ਚ ਮਜ਼ਬੂਤ ਹੋਏਗੀ, ਉਹਦੇ ਪੈਰ ਲੱਗਣਗੇ, ਅਤੇ ਜਿਹੜਾ ਗਠਜੋੜ ਆ ਇਹ ਕੋਈ ਨਾ ਕੋਈ ਆਉਣ ਵਾਲੇ ਸਮੇਂ 'ਚ ਰੰਗ ਲਿਆ ਸਕਦਾ। ਦਰਸ਼ਕੋ, ਪੰਜਾਬ ਦੀ ਪੋਲੀਟਿਕਸ ਅਜੇ ਵੀ ਨਵਜੋਤ ਸਿੱਧੂ ਦੁਆਲੇ ਘੁੰਮਦੀ ਦਿਖਾਈ ਦਿੰਦੀ ਹੈਗੀ ਆ। ਜਿੰਨੇ ਵੀ ਮੀਡੀਆ ਤੋਂ ਜਾਂ ਆਮ ਲੋਕਾਂ ਤੋਂ ਇਨਫੋਰਮੇਸ਼ਨ ਆਉਂਦੀ ਹੈਗੀ ਆ, ਬਹੁਤ ਸਾਰੇ ਲੋਕ ਅਜੇ ਵੀ ਉਹਨਾਂ ਦੇ ਸਪੋਰਟਰ ਹੈਗੇ ਆ। ਕਰਤਾਰਪੁਰ ਕੋਰੀਡੋਰ ਦਾ ਉਹਨਾਂ ਦਾ ਕ੍ਰੈਡਿਟ ਹੈਗਾ, ਉਹ ਵੀ ਬੜੇ ਇਮਾਨਦਾਰ ਆ ਅਤੇ ਕੰਮ ਕਾਰ ਕਰਨ ਵਾਲੇ, ਪਰ ਬੋਲਦੇ ਥੋੜ੍ਹੇ ਜਿਹੇ ਜ਼ਿਆਦਾ ਹੈਗੇ। ਚਲੋ, ਇੰਨੀ ਗੱਲ ਮਾਫ਼ੀ ਕੀਤੀ ਜਾ ਸਕਦੀ ਹੈਗੀ ਆ। ਹੁਣ ਇਹ ਵੀ ਜਿਹੜੀ ਹੈਗੀ ਆ, ਅੰਦਾਜ਼ਾ ਲਗਾਇਆ ਜਾ ਰਿਹਾ ਸ਼ਾਇਦ ਉਹ ਆਪਣੀ ਰੀਜਨਲ ਪਾਰਟੀ BJP ਵਿੱਚ ਦੁਬਾਰਾ ਇੱਕ ਵੱਡੇ ਚਿਹਰੇ ਵੱਲੋਂ ਆ ਰਹੇ ਹੈਗੇ। ਇਹ ਸਾਰੇ ਵਿਸ਼ਿਆਂ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਅਜਨਾਲਾ ਤੋਂ ਲਾਈਵ ਜੁੜੇ ਨੇ ਐਸ ਪੁਰਸ਼ੋਤਮ ਜੀ, ਬੜੇ ਸੀਨੀਅਰ ਰਿਪੋਰਟਰ ਹੈਗੇ ਜੀਤ ਅਖਬਾਰ ਦੇ। ਪੁਰਸ਼ੋਤਮ ਜੀ, ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਆ। ਸਭ ਤੋਂ ਪਹਿਲਾਂ ਤੁਸੀਂ ਨਵਜੋਤ ਸਿੱਧੂ ਦਾ, ਜੋ ਅਸੀਂ 2-4 ਦਿਨ ਤੋਂ ਦੇਖਦੇ ਹੈਗੇ ਹਾਂ ਵੀ ਸ਼ਾਇਦ BJP ਵੱਲ ਉਹਨਾਂ ਦੀ ਟਿਲਟ ਜ਼ਿਆਦਾ ਲੱਗਦੀ ਹੈਗੀ, ਜਿੰਨੇ ਕੁ ਮੈਡਮ ਡਾਕਟਰ ਨਵਜੋਤ ਸਿੱਧੂ ਦਾ ਟਵਿੱਟਰ ਦੇਖਿਆ ਜਾਵੇ ਜਾਂ ਹੋਰ ਫੀਡਬੈਕ ਆਉਂਦਾ ਜਾਵੇ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਤਾਂ ਮੈਂ ਜੀ ਆਪਣੇ ਵੱਲੋਂ ਦੇਸ਼ ਉਦੇਸ਼ 'ਚ ਜਿਹੜੇ ਇਹ ਗ੍ਰੈਂਡ ਪੰਜਾਬ TV ਚੈਨਲ ਜੁੜੇ ਆ ਉਹਨਾਂ ਦਰਸ਼ਕਾਂ ਨੂੰ ਜੀਆਂ ਆਖਦਾ। ਜਿੱਥੋਂ ਤੱਕ ਨਵਜੋਤ ਮਾਮਲਾ ਆ, ਉਹ ਅੱਜ ਕੱਲ੍ਹ ਫਿਰ ਸਿਆਸਤ ਜਿਹੜਾ ਪੰਜਾਬ ਦੀ ਸਿਆਸਤ ਦੀਆਂ ਸਭਾ 'ਚ ਆ ਪੂਰਾ ਭਖਿਆ ਪਿਆ, ਕਿਉਂਕਿ ਉਹਦੀ ਜਿਹੜੀ ਸਰਦਾਰਨੀ ਆ ਨਵਜੋਤ ਸਿੰਘ ਸਿੱਧੂ ਜੀ ਦੀ, ਡਾਕਟਰ ਨਵਜੋਤ ਕੌਰ ਸਿੱਧੂ, ਉਹਨਾਂ ਨੇ ਟਵੀਟ ਕੀਤਾ। ਉਹਨਾਂ ਨੇ ਇੱਕ ਪੰਜਾਬ ਦੀ ਸਿਆਸਤ 'ਚ ਜਿਹੜੇ ਛਾਂਤ ਪਾਣੀ ਸੀਗੇ, ਭਾਵੇਂ ਭਾਜਪਾ ਦੇ ਭਾਵੇਂ ਅਕਾਲੀ ਦਲ ਦੇ ਭਾਵੇਂ ਕਾਂਗਰਸ ਸੀਗੇ, ਉਹਦੇ ਵਿੱਚ ਪੂਰੇ ਇੱਕ ਅੱਗ ਲੱਗੀ ਪਈ ਆ, ਇੱਕ ਹਲਚਲ ਮਚਾਤੀ ਸ਼ਾਂਤ ਪਾਣੀਆਂ 'ਚ, ਕਿ ਉਹਨਾਂ ਨੇ ਇਹੋ ਜਿਹਾ ਆਪਣੇ ਟਵੀਟ ਦਾ ਇੱਕ ਗੋਲਾ ਸੁੱਟਿਆ ਕਿ ਹਰ ਬੰਦਾ ਜਿਹੜਾ ਹਰ ਜਿਹੜਾ ਰਾਜਸੀ ਬੰਦਾ ਉਹ ਸੋਚਣ ਲਈ ਮਜਬੂਰ ਹੋ ਗਿਆ ਕਿ ਨਵਜੋਤ ਸਿੰਘ ਸਿੱਧੂ ਦਾ ਹੁਣ ਅਗਲਾ ਰਾਜਸੀ ਭਵਿੱਖ, ਅਗਲੀ ਉਹਨਾਂ ਦੀ ਮੰਜ਼ਿਲ ਕੀ, ਕਿਉਂਕਿ ਜਿਹੜਾ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਬੜੇ ਸੁਗਣ ਸਿਆਸਤਦਾਨ ਹੋ ਗਏ, ਕਿਉਂਕਿ ਪਿਛਲੇ 15 ਸਾਲਾਂ 2004 ਦੀ ਜਦੋਂ ਉਹਨਾਂ ਨੇ ਇਲੈਕਸ਼ਨ ਲੜੀ, ਉਸ ਤੋਂ ਬਾਅਦ ਨਿਰੰਤਰ ਇਲੈਕਸ਼ਨਾਂ ਦੌਰ 'ਚ ਰਹਿਣਾ, ਸਟਾਰ ਪ੍ਰਚਾਰਕ ਦੇ ਤੌਰ 'ਤੇ ਰਹਿਣਾ, ਉਹਨਾਂ ਦਾ ਆਪਣਾ ਕਥਨ ਕਿ ਜੋ ਮੇਰੀ ਸ਼੍ਰੀਮਤੀ, ਮੇਰੀ ਸਰਦਾਰਨੀ ਡਾਕਟਰ ਨਵਜੋਤ ਕੌਰ ਸਿੱਧੂ ਬੋਲਦੀ ਆ, ਉਹ ਮੇਰੇ ਹੀ ਬੋਲ ਹੁੰਦੇ ਆ ਜਾਂ ਮੇਰੇ ਹੀ ਭਾਸ਼ਾ ਬੋਲਦੀ ਹੁੰਦੀ ਆ, ਮੇਰੇ ਹੀ ਵਿਚਾਰਾਂ ਦਾ ਪ੍ਰਗਟਾਵਾ ਹੁੰਦਾ। ਉਹਨਾਂ ਨੇ ਡਾਕਟਰ ਨਵਜੋਤ ਕੌਰ ਸਿੱਧੂ ਨੇ 2 ਦਿਨ ਪਹਿਲਾਂ ਇੱਕ ਬੜਾ ਅੱਛਾ ਆਪਣੇ ਉਹਨਾਂ ਨੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ, ਉਹਨਾਂ ਦੇ ਅੱਛੇ ਵਿਚਾਰ ਹੋ ਸਕਦੇ ਆ, ਸਾਡਾ ਉਹਨਾਂ ਨਾਲ ਸਹਿਮਤ ਨਾ ਹੋਣਾ ਇਹ ਇੱਕ ਬਾਅਦ ਦੀ ਗੱਲ ਆ, ਉਹ ਆਉਣ ਵਾਲਾ ਸਮਾਂ ਹੋਵੇਗਾ ਕਿ ਪੰਜਾਬ ਦੇ ਲੋਕ ਕਿਵੇਂ ਵੇਖਦੇ ਆ। ਉਹਨੇ ਬੜਾ ਇੱਕ ਸਪਸ਼ਟ ਜਿਹੜਾ ਅਕਾਲੀ ਭਾਜਪਾ ਗੱਠਜੋੜ ਦਾ, ਜਿਹਨੂੰ 9 ਮਾਸ ਦਾ ਰਿਸ਼ਤਾ ਕਿਹਾ ਜਾਂਦਾ, ਇੱਕ ਪਵਿੱਤਰ ਰਿਸ਼ਤਾ ਕਿਹਾ ਜਾਂਦਾ, ਉਹਨੂੰ ਵਿੱਚ ਇੱਕ ਬੜੀ ਤਗੜੀ ਇੱਕ ਉਹਨਾਂ ਨੇ ਉੱਥੇ ਬੰਬ ਦਾ ਗੋਲਾ ਸੁੱਟਿਆ, ਉਹਨਾਂ ਨੇ ਰਾਜਸੀ ਬੰਬ ਦਾ ਗੋਲਾ ਸੁੱਟਿਆ। ਉਹਨਾਂ ਨੇ ਕਿਹਾ ਕਿ ਜਿਹੜਾ ਇਹ ਅਕਾਲੀ ਦਲ ਆ, ਇਹ ਇੱਕ ਲੋਟੂਆਂ ਦੀ ਜਮਾਤ ਆ, ਇਹ ਇੱਕ ਦਮਨਕਾਰੀ ਆ, ਕਿ ਇਹ ਜਿਹੜੇ ਭਾਜਪਾ ਵਰਕਰ ਆ ਉਹਨਾਂ 'ਤੇ ਦਮਨ ਕਰਦੇ ਰਹੇ ਆ, ਉਹਨਾਂ ਤਸ਼ੱਦਦ ਕਰਦੇ ਰਹੇ ਆ, ਉਹਨਾਂ ਨੂੰ ਅਣਗੌਲਿਆਂ ਕਰਦੇ ਰਹੇ ਆ, ਇਹਦੇ ਕਰਕੇ ਅਸੀਂ ਜਿਹੜੇ ਆ ਭਾਜਪਾ ਨਾਲੋਂ ਵੱਖ ਹੋਏ ਸੀਗੇ, ਭਾਜਪਾ ਨੂੰ ਅਸੀਂ ਤੈਅ ਦਿਲੋਂ ਅੱਜ ਵੀ ਉਂਝ ਹੀ ਸਤਿਕਾਰ ਦਿੰਦੇ ਹਾਂ ਜਿਵੇਂ ਪਹਿਲਾਂ ਭਾਜਪਾ 'ਚ ਹੋਣ ਸਮੇਂ ਹੁੰਦੇ ਸੀਗੇ। ਭਾਰਤੀ ਜਨਤਾ ਨਾਲ ਸਾਡੀਆਂ ਅੱਜ ਵੀ ਭਾਵਨਾਵਾਂ ਜੁੜੀਆਂ ਪਈਆਂ ਨੇ, ਉਹਨਾਂ ਵਿੱਚ ਜਿਹੜੀ ਕਿਰਨ ਬੇਦੀ ਆ ਉਹ ਵੀ ਸਾਡੀ ਆਈਡੀਓਲੋਗ ਆ,
वह भी भाजपा की जी इस उपराजपाल ने राजपाल ने कहे सूबे के उन्होंने वो भी तारीफ की उन्हें कहा कि इतों तक कह तक चल गए कि राष्ट्रीय सभा में हलचल मचाने इतों तक उन्होंने कहता कि जड़िया उन्होंने स्पष्ट इशारा सगा कि जड़िया पिछलिया 2017 दियां विधानसभा चोणां हुईआं जेकर जनता पार्टी इकलियां चोणां लड़दी तां इह कैप्टन की सरकार सत्ता च नहीं सी होनी इह भाजपा सरकार होनी सीगी ते इस करके उन्होंने बड़ा एक एक बड़ी एक स्पष्टवादी जी बेबाकी जी एक प्रतिक्रिया प्रगट की सिर्फ अकालियां दे खिलाफ हैगे आ जिहदे इह भी जिवें हुण पोलिटिकल साडे चल रहियां हैगियां सरगर्मियां ढींडसा साहब भी इधर मैदान विच आ गए उह भी पता लगा उहनां दी भाजपा दा थापड़ा हैगा उहनां कोल एक प्लेटफॉर्म ते इकट्ठे हो सकते हैं फिर क्योंकि अकालियां दे खिलाफ आ उधर भी इन्हां नूं पूरा खुल के काम करन दा मौका मिलेगा ये नवजोत सिंह सिद्धू नूं मैं उस तों पहलों जिथे नवजोत कौर सिद्धू के ट्वीट की गल हुई है मैं एक इथे नाल ही एक होर एक गल वादा करना चाहवागा सरदार नवजोत सिंह उन्होंने सोशल मीडिया से उन्होंने अपना एक यूट्यूब चैनल भी चलाया अपना टाइम पास करते उन्होंने जरा परसों उन्हें जारी किया अपना सोशल मीडिया से उन्होंने इतों तक कि जी तुम ढींड सा साहब ने जारी वाली गल कर रहे जो उधर हाथ बधाने वाली भाजपा के भाजपा कांग्रेस छड़ के भाजपा जान का इशारे का जिम्मे जिक्र किया तो जड़ा इन्हों का सोशल मीडिया से एक बयान आया जिमें कि जारी छड़नी हो तो पहले कही यार मैं तेरी भलाई नहीं आ भी किया मैं आ भी किया मैं एवं नहीं है तेरे आया मनु फलाने बंदे ने कहा वो बड़ा सिर कट बंदा हैगा जो राजसी बंदा हैगा सिफारश से तेरा जरा आका आदा मेरी उन्हें मेरी सलाह कराई वह मैं तेरा तुरिया नवजोत सिंह सिद्धू ने अपने सोशल मीडिया बयान च उन्होंने स्पष्ट कैप्टन अमरिंदर सिंह नूं इशारा किया एक क्योंकि कैप्टन अमरिंदर सिंह ते नवजोत सिद्धू एक तलखियां सारिया जग जार ने कि कोई लुकिया हुई ने गियां जिदे करके अस्तीफा दे के घर बैठे ने उन्होंने कहा कि मैं कांग्रेस में एवं नहीं आया मैं कांग्रेस तरले मार के नहीं आया मनू जरा रणनीतिक कार सीगा राहुल गांधी का श्रीमती सोनिया गांधी का प्रियंका गांधी का जो पंजाब चोणा होनी सन प्रशांत किशोर ने मेरे नाल कई मीटिंगा कीतिया मेरे नाल करन तो बाद उन्होंने मेरी राहुल गांधी नाल मीटिंग कराई राहुल गांधी मैं अपना सारा सुपना दसिया कि मैं पंजाब नूं किवें इक सुनहरा बनाउणा लोचदा मेरा रोड मैप विकास लई की होगा मैं सारा स्पष्ट करके आया उन्हें जरा अपने जी सोशल मीडिया से इतों तक कहता जो छड़न तो पहले आप कह नहीं देते तेरे लिए मैं आ भी किया उन्होंने अपन सारिया प्राप्तियां गिनाती ने स्थानक सरकार बारे मंत्री होंदिया उन्होंने विकास लिए किड़े किड़े कार्य किड़े प्रोजेक्ट तो टूरिज्म मंत्री होंदिया एक हिस्टोरिक चमकौर साहब श्री अनंदपुर साहब या होर भी जोड़े खिते उन्होंने विकास कार्य किए आ टूरिज्म नू इतिहासक कार्यां नू उहदा भी जिक्र करता ठीक है ओह ए परशोतम दी ये गल्लां ठीक है देखो जे थानेदार नाल एसएसपी नहीं सैट हैगा ते ओ डीजीपी की कर लेगा नवजोत सिंह सिद्धू हाई कमान जे चलदी हैगी आ कैप्टन अमरिंदर सिंह जी दी पोजीशन मतलब स्टेट विच स्ट्रोंग आ ओ शायद हाई कमान नूं भी थोड़ा जिहा इस मामले च डिफाई कर रहे इह करके आम भाषा विच नवजोत सिंह सिद्धू बिल्कुल खुड़े लाइन 2 साल तो बैठे हैगे आ हुण उहनां दा अगला स्टैप की होएगा तुहानूं जिहड़ा भाजपा वाला पहला क्वेश्चन मैं पुछिआ सी मैं उहदे ते वी आउणा जिहड़ा तूं इह कीता जे डीएसपी दी एसएचओ दी एसएसपी दा डीजीपी नाल जारी होवे ते हेठां किहनूं की समझेगा कुछ वक्खरी तरह दी आ पर साहब सियासत दे विच इक इह आ
कि मेरी राहुल गांधी नाल सांझ आ, प्रियंका गांधी नाल आ, श्रीमती सोनिया गांधी नाल आ, मैं आ के सोशल मीडिया से फोटो पा दा। ये हेठा जिहड़ी पंजाब टीम आ, जेकर पंजाब टीम नाल भी मैं अपने सुर ठीक नहीं रखता तो सियासत चलो उहदी कोई वैल्यू नहीं हैगी। हाँ हाँ, इस करके अपना ये भी उन्होंने मतलब ठीक है पिछले डेढ़ साल तो चुप सीगे कि जदों के वक् होए अपने अहदे तो उदों के शांत ने, क्योंकि उन्होंने एक हैगा पहलो ये दोष लगता सीगा कि यार बड़े बोल 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 जाते हैं, वध बोल जाते हैं। पिछले समय च उन्होंने चुप रह के घर च शांत रह के माता वैष्णो देवी जाके उत्ते पूजा पाठ करने समय तो अलावा शांत रह के ये भी प्रगटावा करता ये दोस्तों जा रहा सी बंदियो, मैं सिर्फ बोलता ज्यादा नहीं, जी मैं शांत रहना चाहूँ शांत भी रह सकता हूँ। हम अगला सवाल आया कि ये किधर जा सकता की सांझ बन सकती है भारतीय जनता पार्टी आ जी अगले सत्ता दूसरी टर्म राज कर रही है, ये एक सुपना आ एक यतन आ लगातार आ कि जिमें पिछले समय च नहरू काल गांधी काल वेले एक छत्र राज सीगा कांग्रेस का, उस तरह ही हिंदुस्तान दे विच जिन्नियां स्टेटा ने उत्थे एक बीजेपी दी सरकारां होण इहदे दरम्यान वो लगातार एक तोड़ भन करदे रहिंदे ने। उन्होंने देखो बीजेपी भी एक थां स्थिर नहीं रहिंदी कि एक पार्टी नाल लगातार नहीं रहिंदी, जिथे ओहदे राष्ट्रीय हितां दी पूर्ति हुंदी। साडा गुआंढी सूबा जम्मू कश्मीर महबूबा मुफ्ती नाल सीगा जिहनूं अतवादी वक्खवादी मतलब जोड़ के देखदे सीगे, साडा गुआंढी हरियाणा इत्थे एनआरओ नाल सीगे, हाँ जी पहलों इस तों पहलों यूपी च उत्थे भैण मायावती नाल वी रही है ना सांझ, हाँ जी महाराष्ट्र च शिवसेना नाल कितनी सांझ रही है, पर इहदे टुटदे रहिंदे सत्ता दी खातर। पंजाब च वी भाजपा ये महसूस कर रही थी जो इस वे राष्ट्रीय हल्क चर्चा आ कि अकाली दल बादल ये जरा सानू सत्ता दोबारा हूँ जरा पंजाब की सत्ता आई राज करना, एक हेठों भी भाजपा की मंग बड़े चिर उठ रही है कि सानू अकलियां चोणां लड़नियां चाहीदियां ने, अकाली दल ना रह के सानू नुकसान हो रहा। उहदे दरम्यान उन्होंने की किया, उन्हें देखिया कि सरदार सुखदेव सिंह ढींसा जिहड़े को नाराज चल रहे आ उन्हां दी खाशा ने कुछ वड्डियां ने अपने बेटे नूं अगे लिआउणा चाहुंदे ने, उन्हां ने वेख्या कि ये ढींसा साहब नाल क्योंकि हुण देखो उन्हां ने सचिन पायलट नाल किवें कर रहे ने राजस्थान च, ज्योतिराज सिंधिया नाल उन्हां किवें कीता मध्य प्रदेश च, इंज उह देख रहे आ पंजाब च उह देख रहे आ। इत्थों तक कि जो राष्ट्रीय हल्क चर्चा रही है पहलों अज तो डेढ़ साल पहलों मेरा घर एक वाकफ खा रहा एक बारी गल हुई दो डेढ़ साल, मैं क्या यार तुम नवजोत सिद्धू दोबारा लै रहे जे जो माता वैष्णो देवी के चक्कर कर रहे थे उत्थे जाते थे उत्थे इन्होंने वो कहते यार जा, मैं क्या यार प्रताप बाजवा बारे भी चलता पाया किवें आ, वो कहता यार क्यों करांगे अही आप जे सारी सरकार ही अपना भाजपा शामिल करा दी तो इशारा कैप्टन अमरिंदर सिंह नाल भी साडे बकायदा गण तो चल रही है, उन्हें इशारा किया ये बारे आप कोई पुष्टि नहीं कर सकते। मेरा दर्शन कि हुण जिवें नवजोत सिंह सिद्धू दियां अपनियां बयान आए आ सोशल मीडिया से, उन्होंने अपनियां पार्टियां कराइया ने अपना ये भी कि इस वेले मैं कांग्रेस में भावें हैगा पर मेरा इस वेले अकाली दल नाल भी बकायदा संपर्क आ, मेरा केजरीवाल भी नाल भी संपर्क आ, मेरा सिंह खहरा नाल भी बकायदा संपर्क आ, रणजीत सिंह सरदार रणजीत सिंह ब्रह्मपुर वाला अकाली दल आ उन्होंने नाल भी आ। उन्होंने ये दसन जी सोशल मीडिया अपनिया पाइया ने बाइट ज वक् विचार पाए आ, ਉਹਦੇ ਵਿੱਚ ਇਹ ਪ੍ਰਗਟਾਵਾ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਮੇਰੇ ਸਾਰੇ ਸੰਪਰਕ ਗਿਆ ਤੇ ਮੇਰੀ ਆਮਦ ਦਾ ਸਵਾਗਤ ਕਰ ਰਹੇ ਆ, ਉਹਨੂੰ ਸੱਦਾ ਦੇ ਰਹੇ ਆ ਕਿ ਕਾਂਗਰਸ ਨੂੰ ਤੋੜ ਵਿਛੋੜਾ ਕਰਕੇ ਆਓ ਸਾਡੇ ਨਾਲ।
मैं लगता है कि जड़िया ये प्रगटावे करने इन पार्टी जुड़े होने के बावजूद वो कितने ना कि भाजपा वाल जाते नजर आते क्योंकि जो डॉक्टर नवजोत कौर सिद्धू जी उन्होंने मैडम आदा ट्वीट आना इन्हों का अपना इंज का प्रगटावा करना कि कांग्रेस नाजी विटनी मेरो में नहीं होना कि मैं की कर रहा किमें हाँ मैं लगता है कि भाजपा इन्हों का कुछ पा हो सकता। अच्छा ये वैसे जिन्ना का नवजोत सिद्धू के पहले बयान हैगे वो उन्हां दी पोलिटिकली बिल्कुल ऑपोजिट हैगे आ श्रोमणी अकाली दल बादल खास तौर पर सुखबीर सिंह बादल दी पॉलिटिक्स चो बीजेपी जानण नाल जां ढींसा कैंप जानण नाल वो सारे उन्हां दे मिशन इक्को ही स्टेप विच पूरे हो जांदे हैगे आ ते इन्हां नूं पावर भी मिल सकदी हैगी आ ये गल ठीक है मेरी? देखो राजसी हल्के ते इस वेले बड़ी इहो ही चर्चा आ क्योंकि एक बड़ी एक उपरले जिहड़े के हाई प्रोफाइल जिहड़े हल्के आ उन्हां विच इक स्पष्ट वजह कीती जांदी आ कि सरदार सुखदेव ढींसा नूं जिहड़ी पंजाब तों वी हमायत मिलदी पई आ चंगे चंगे जिहड़े अकाली दल बादल दे बंदे आ उह छड्ड के जिहड़े आ ढींसा साहिब नाल जुड़ रहे आ उह अमित शाह दे जां जे पी नड्डा दी उत्तों उन्हां नूं सरपरस्ती हासिल आ उहदे हल्के उन्हां दा क्योंकि एक होर मेरा दोस्त है भाजपा च जो दूसरी पारी खेडन लगी आ मोदी सरकार उदों ही उन्हें कहा कि साडा केंद्र च एक फैसला चुका कई बादल नालों तोड़ विछोड़ा करके कि उत्थे अपनियां इंडिपेंडेंट अपने वक्खरे तौर ते जां होर कोई अपना करके ते अपना इलैक्शन लड़ सकदे आ अगलियां उदों भी इशारा मिलिया। मैनूं लगता है कि जो कुछ भी आ जो चर्चावां दा बाजार गर्म आ क्यास रहीआं लग रहीआं ने नवजोत सिंह सिद्धू का जरा सुपना आ क्योंकि भाजपा इस तो पहलो जो हरियाणे दोणा हुई ने उदो ये भाजपा जो ये भाजपा सन ये प्रचार करते रहे तो बकायदा अकालिया के बड़े पड़खचे उधेड़े इन्होंने भावें दिल्ली उधेड़े भावें हरियाणे च उदों भी हम लगता कि ये पंजाब भाजपा के प्रधान बन सकते हैं। हम भी स्थितियां जिस तरह उभर रही ने ਇਹ ਪੰਜਾਬ ਭਾਜਪਾ ਦੇ ਵਿੱਚ ਜਾ ਕੇ ਇਹਨਾਂ ਨੂੰ ਭਾਜਪਾ ਜਿਹੜੀ ਆ ਇੱਕ ਮੁੱਖ ਮੰਤਰੀ ਚਿਹਰੇ ਵਜੋਂ ਪੇਸ਼ ਕਰ ਸਕਦੀ ਆ। ਸਕਦੀ ਆ ਕਿ ਅਸੀਂ ਜਿਹੜਾ ਤੁਹਾਡਾ ਵੀ ਮਿਸ਼ਨ ਇੱਕ ਆ ਕਿ ਬਾਦਲਕਿਆਂ ਨੂੰ ਥੋੜ੍ਹਾ ਸਾਈਡ 'ਤੇ ਕਰਨਾ ਅਤੇ ਸਾਡਾ ਵੀ ਮਿਸ਼ਨ ਇੱਕ ਆ ਮਤਲਬ ਕਿ ਜਿੱਥੇ ਦੋਸਤ ਦਾ ਦੋਸਤ ਜਿਹੜਾ ਦੁਸ਼ਮਣ ਆ ਉਹ ਜੋ ਸਾਂਝ ਪੈ ਜਾਵੇ ਉਹ ਫਿਰ ਇੱਕ ਹੁੰਦੀ ਆ ਅਤੇ जो ये दुश्मन इन्होंने एक रख लेना बादल के परिवार को या अकाली दल बादल को तो इन्होंने साझ बढ़ सकती है कि ढींसा साहब एक गल से समझौता भी कर सकते हैं। हाँ जी हाँ जी कटचुट करके हूँ एक होर इंटरेस्टिंग गल हैगी देखो दो एमपी स्टेट दे शमशेर सिंह दूलो प्रताप सिंह बाजवा गवर्नर नूं कहिंदे हैगे जिहड़ा ये थोड़े इलाके विच बॉर्डर इलाके च नशा या शराब या जहरीली शराब ना मौत है सीबीआई नूं इनक्वायरी दिओ। जिहड़े जलंधर दे पंज सत जिहड़े सीनियर लीडर सी उह कहिंदे वी इह बीजेपी दा टोला आ ते इह पॉलिटिक्स किधर नूं जा रही हैगी आ कांग्रेस दी पॉलिटिक्स की जा रही कांग्रेस स्टेट लैवल ते मजबूत हो रही आ बीजेपी होर पासे जगाड़ कर ला लगा रही इहदा मतलब ये जिवें थोड़ा जिहा मैं पहलों जिक्र कीता कि भाजपा अपना एक छत्र राज कायम करना चाहती है हिंदुस्तान के एक हिस्सा गिर गया इस वे हल्क जी गल की जलंधर हल्क च नहीं सारे पंजाब च ही आ जो प्रताप सिंह बाजवा जो होम मिनिस्ट्री आ जी इस वे अमित शाह ने जे एक बड़े राष्ट्रपंच के एक बड़े व्डे खिडारी सूझवान मने जाते हैं उन्होंने जिथे सोनिया गांधी प्रियंका गांधी राहुल गांधी की जी के एन एच जी वाली जेड प्रासी सिक्योरिटी जी होंगी कमजोर करती तो प्रताप सिंह बाजवा होर नाल गनमैन लाते जो गनमैन लाए चर्चा छिड़ी आ प्रताप सिंह बाजवा पूरा लिंक चा कि जा सकता ये क्योंकि भाजपा चाहती आ जिमें राजस्थान च कर्नाटका च भी इस पहले गेम प्ले की गई आ मध्य प्रदेश भी ये पंजाब भी हो पर पंजाब च अजे भाजपा नूं कोई इस तरह सिरा नहीं लभ रहा जिहड़ा इहनूं दुफाड़ कर सके च
कैप्टन की सरकार कमजोर कर सके, क्योंकि कैप्टन जो खुद भी आ वो आप यार जो मर्जी करो पर बंदा मजबूत है कैप्टन मजबूत है। ग्राफ है हरीली शराब कैप्टन अमरिंदर दी सरकार दा भी अक्स बहुत थले कर दिता है, बेनीफिट सारे तो फिर भाजपा जा सकती है पंजाब विचों। देखो जी ये जी बड़ा अच्छा तुहाडा सवाल है, बड़ा पखता मुद्दा आ जिहड़ा अपना प्रोग्राम आपां करदे पखते मुद्दिआं दी चर्चा अक्सर लगातार कर रहे इन्हां दिनां च। जहरीली शराब का एक बड़ा पखता मुद्दा आ कि जिहड़े कल जिहड़े बीते कल वेखो आम आदमी पार्टी ने बड़े थां प्रदर्शन किया, हाँ जी मुख्यमंत्री दी घराओ करन घर वाल भी किया, उहदे नाल एक उह भी ਉਹਨੂੰ ਇੱਕ ਬਲ ਮਿਲਿਆ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਦੀ ਅਗਵਾਈ 'ਚ। ਭਾਜਪਾ ਵੀ ਇੱਥੇ ਕਰ ਰਹੀ ਆ ਸਿਆਸਤ ਕਰ ਰਹੀ ਆ, ਪਰ ਜਿਹੜਾ ਤੁਸੀਂ ਕਿਹਾ ਕਿ ਅਕਾਲੀ ਦਲ ਨੂੰ ਜਿਵੇਂ ਚਿੱਟਾ ਖਾ ਗਿਆ ਉਹ ਸਾਜੇਗੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਕੱਲ੍ਹ ਬੜਾ ਫੇਸਬੁੱਕ 'ਤੇ ਤੁਸੀਂ ਵੇਖਿਆ ਹੋਵੇਗਾ ਜਾਂ ਅੱਜ ਵੀ ਅਖਬਾਰਾਂ 'ਚ ਚਰਚਾ ਹੈਗਾ, ਉਹਨੇ ਕਿਹਾ ਕਿ ਜਿਹੜੇ ਕਿ ਸ਼ਰਾਬ ਦਾ ਮਾਫੀਆ ਕੰਮ ਕੀਤਾ ਜਿਹਦੇ ਵਿੱਚ 111 ਜਾਂ 12 ਜਾਂ ਜਿੰਨੇ ਵੀ ਗਿਣਤੀ ਆ ਰਹੀ ਆ ਉਹ ਜਿਹੜੇ ਨਾ ਉਹ ਕਤਲ ਹੋਏ ਆ। ਜਦੋਂ ਇੰਨੀ ਵੱਡਾ ਨਿਯਮ ਗੱਲ ਕਰਦਾ ਤੇ ਜਿਹੜੀ ਅਕਾਲੀ ਸਰਕਾਰ ਸੀ ਪਿਛਲੀ 10 ਸਾਲ ਉਹ ਇਹ ਗਰਾਉਂਦੀ ਰਹੀ ਆ ਕਿ ਅਸੀਂ ਇੰਨੇ ਤਸਕਰ ਫੜ ਲਏ ਜੀ, ਉਹ ਅੰਕੜੇ ਪੇਸ਼ ਕਰਦੀ ਰਹੀ ਆ। ਉਹਨਾਂ ਕਦੀ ਇਹ ਕਿਹਾ ਕਿ ਲੈ ਵੀ ਇਹ ਜਿਹੜੇ ਤਸਕਰ ਆ ਚਿੱਟੇ ਤਸਕਰ ਆ ਇਹਨਾਂ ਨੂੰ ਅਸੀਂ ਕੁਚਲ ਦਿਆਂਗੇ ਜਾਂ ਇਹਨਾਂ ਦੇ ਕਰ ਦਿਆਂਗੇ ਇੰਝ ਕਰ ਦਿਆਂਗੇ ਜਾਂ ਇਹਨਾਂ ਨੂੰ ਸਜ਼ਾਵਾਂ ਦਵਾਵਾਂਗੇ, ਉਹ ਅੰਕੜੇ ਪੇਸ਼ ਕਰਕੇ ਤੇ ਜਾਂ ਉਹ ਸਰਕਾਰ ਦੇ ਉੱਤੇ ਉਹ ਸੁੱਟ ਦਿੰਦੀ ਕਿ ਲੈ ਵੀ ਇਹ ਬਾਰਡਰ ਆ ਇਹ ਜਿਹੜਾ ਕੇਂਦਰ ਦੇ ਕੋਲ ਆ ਇਹਦੇ ਲਈ ਜ਼ਿੰਮੇਵਾਰ ਉਹ ਆ। ਹੁਣ ਜਿਹੜਾ ਮੈਂ ਪਹਿਲਾਂ ਵੀ ਕਿਹਾ ਸੀਗਾ ਇਹ ਅਕਾਲੀਆਂ ਵਿਰੋਧੀ ਖੂੰਡਾ ਖੜਕਾਉਂਦਾ ਰਿਹਾ ਆਪਣਾ ਬੜੀ ਅਸੀਂ ਚਰਚੇ ਆ ਇਹ ਵਿਚਾਰਾਂ ਦੇ, ਹੁਣ ਵੀ ਅੱਜ ਜਿਹੜਾ ਇਹਨਾਂ ਬੜਾ ਅੱਛਾ ਸਪਸ਼ਟ ਕਿਹਾ ਇਹ ਕਾਤਲ ਇਹ ਜਿਹੜੇ ਕਾਤਲ ਨੇ ਉਹ ਭਾਵੇਂ ਸਿਆਸੀ ਆ ਭਾਵੇਂ ਆਪਣੇ ਇਹ ਸ਼ਰਾਬ ਮਾਫੀ ਵਾਲੇ ਆ ਭਾਵੇਂ ਉਹਦੇ ਪੁਲਿਸ ਵਾਲੇ ਆ ਮੈਂ ਕਿਸੇ ਨੂੰ ਬਖਸ਼ਾਂਗਾ ਨਹੀਂ, ਪਰ ਪਰਚੇ ਦਰਜ ਕਰ ਦੇਣਗੇ ਉਹਨਾਂ ਨਾਲ ਪੋਲੀਟੀਕਲ ਬੈਨੀਫਿਟ ਤੇ ਨਹੀਂ ਹੋਣੇ ਵਾਲਾ, ਲੋਕੀ ਹੁਣ ਬਹੁਤ ਸਿਆਣੇ ਹੋਏ ਹੈਗੇ। ਜੇਕਰ ਕੈਪਟਨ ਨੇ ਵੀ ਉਹ ਨੀਤੀ ਅਪਣਾਈ ਅਕਾਲੀਆਂ ਵਾਲੀ ਤੇ ਚਿੱਟੇ ਦੇ ਕੁੜੀਆਂ ਵੇਚਣ ਵਾਲੇ ਫੜ ਲਏ ਕੋਈ ਪੀਣ ਵਾਲੇ ਫੜ ਲਏ ਤੇ ਕਹਿਤਾ ਲੈ ਵੀ ਇੰਨੀ ਗਿਣਤੀ ਹੋ ਗਈ ਆ, ਜੇ ਇਹਦੇ ਵਿੱਚ ਵੀ ਜਿਹੜਾ ਤੁਸੀਂ ਗੱਲ ਕਰ ਰਹੇ ਜੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਅੱਜ ਬਿਆਨ ਦਿੱਤਾ ਜੇ ਉਹਨੂੰ ਅਮਲੀ ਜਾਮਾ ਨਾ ਪਹਿਨਾਇਆ ਭਾਵੇਂ ਗੱਲ ਬੰਦਿਆਂ ਉੱਤੇ ਭਾਵੇਂ ਜਿਹੜੇ ਨਸ਼ਰ ਹੁੰਦੇ ਆ ਇਹ ਪੁਲਿਸ ਵਾਲੇ ਜੇਕਰ ਉਹਨਾਂ ਦੇ ਮੁਕੱਦਮੇ ਦਰਜ ਨਾ ਹੋਏ ਜਾਂ ਉਹਨਾਂ ਵਿਰੁੱਧ ਕੋਈ ਕਾਰਵਾਈ ਨਾ ਹੋਈ ਤਾਂ ਇਹ ਵੀ ਉਲਝੀ ਖਾਧੀ ਜਾਏਗੀ ਸਰਕਾਰ ਜਿਵੇਂ ਚਿੱਟੇ ਨੇ ਅਕਾਲੀਆਂ ਨੂੰ ਖਾਧਾ। ਬੀਜੇਪੀ ਪਿਛਲੀ ਵਾਰੀ ਆ ਜਾਂਦੀ ਇਹਦਾ ਮਤਲਬ ਬਹੁਤ ਜ਼ਿਆਦਾ ਉਹਦੀ ਬੀਜੇਪੀ ਨਾਲ ਸਿਮਤੀ। ਮੈਂ ਸਪਸ਼ਟ ਕਹਿੰਦਾ ਜੇ ਬੀਜੇਪੀ ਕੱਲੀ ਲੜਦੀ ਬਿਲਕੁਲ ਸਰਕਾਰ ਨਹੀਂ ਸੀ ਬਣਦੀ ਕਿਉਂਕਿ ਬੀਜੇਪੀ ਦੀ ਸ਼ਹਿਰੀ ਵੋਟ ਨੇ ਕੀ ਕਰਨਾ ਸੀ, ਪਰ ਇੱਕ ਪ੍ਰੈਕਟੀਕਲੀ ਇਹ ਹੈਗਾ ਅਕਾਲੀਆਂ ਦਾ ਵੋਟ ਬੈਂਕ ਅਜੇ ਤਾਈਂ ਜਿੰਨਾ ਵੀ ਉਹਨਾਂ ਦਾ ਕਮਿਟਡ ਵੋਟ ਬੈਂਕ ਇੰਟੈਕਟ ਆ। ਇਸ ਤਰ੍ਹਾਂ ਹੀ ਕਾਂਗਰਸ ਦਾ ਵੀ ਲਗਭਗ ਟਿਲ ਡੇਟ ਜਿਹੜਾ ਹੈਗਾ ਕਾਂਗਰਸੀ ਵੋਟ ਇੰਟੈਕਟ ਹੈਗਾ, ਉਹਦੇ ਵਿੱਚ ਇਕੱਲਾ ਢੀਂਡਸਾ ਨੂੰ ਲੈ ਕੇ ਬੀਜੇਪੀ ਇਹ ਗੇਮ ਖੇਡਣਾ ਚਾਹੁੰਦੀ ਹੈਗੀ। ਢੀਂਡਸਾ ਕੋਲ ਤਾਂ ਬਹੁਤ ਥੋੜਾ ਪਰਸੈਂਟੇਜ ਦਾ ਵੋਟ ਆਉਣ ਦੀ ਸੰਭਾਵਨਾ ਹੈਗੀ, ਇਹ ਸਿੱਧੂ ਲਈ ਰਿਸਕੀ ਗੇਮ ਨਹੀਂ ਹੋ ਜਾਏਗੀ ਬਹੁਤ? ਦੇਖੋ ਜੀ ਜਿਹੜਾ ਸਿੱਧੂ ਆ ਨਾ ਉਹਨੇ ਪਹਿਲਾਂ ਜਿਹੜੀਆਂ ਪਾਲੀ ਖੇਡੀ ਆਪਣੀ ਸਿਆਸਤ ਦੀ ਬੜੀ ਸੋਚ ਸਮਝ ਕੇ ਖੇਡੀ ਆ, ਵੀ ਉਹ ਸੋਚ ਰਿਹਾ। ਪਰ ਜਿਹੜੀ ਤੁਸੀਂ ਗੱਲ ਕੀਤੀ ਆ ਕਿਵੇਂ ਜਿਵੇਂ ਬਦਲਾਅ ਦੀ ਰਾਜਨੀਤੀ ਆ ਰਹੀ ਆ, ਕਿਉਂਕਿ ਪੰਜਾਬ ਦੇ ਵਿੱਚ ਕੋਈ ਲੋਕ ਲੋਚਦੇ ਆ ਕਿ ਲੋਕ ਸੋਚਦੇ ਆ ਕਿ ਵੀ ਇੱਕ ਕਦੇ ਬਾਦਲ ਅਕਾਲੀ ਦਲ ਆ ਗਿਆ ਤੇ ਕਦੇ ਕਾਂਗਰਸ ਆ ਗਈ, ਇਹਨਾਂ ਤੋਂ ਹਟ ਕੇ ਵੀ ਜੇਕਰ ਕੋਈ ਚੰਗਾ
क्योंकि अज की तरीक च अजे कैप्टन की सरकार क्यों मजबूत लगती है, क्योंकि वो नीतियां थोड़ी स्पष्ट ने, क्योंकि क्यों नहीं लोग अकाल वाल जा रहे, इस करके ही आ भावें निराशा भी हैगी आ, पर इसके बावजूद ही बादल दल वाल नहीं कोई जा रहे, वो एका दुका चल कोई गल नहीं। जरा नवजोत सिद्धू आ जी तुम गल की ढींसा साहब न, क्योंकि ढींसा साहब ढींसा का अकाली दल दिनों दिन मजबूत हो रहा, अजे डेढ़ साल पिया, नवजोत सिद्धू भी जो लगता अजे अपने पर वाच रहा वेख रहा, वह इन्नी जल्दी काला कदम नहीं चुक सकता, क्योंकि अजे जे चुकना पिया तो मुझे लगता जनवरी फरवरी चुकूगा, क्योंकि चार पांच महीने अजे है अगला साल चोणा का बरा, भावें चोणा का डग्गा बजाता बिगल बच चुका, लोग तैयारियां लगे आ, ये जो बादल नूं जिन्ना कमजोर करूगा ढींसा उन्ना ही भाजपा पंजाब मजबूत होएगी, उहदे पैर लगणगे, ते जिहड़ा गठजोड़ आ इह कोई ना कोई आने वाले समय च रंग लिया सकदा। एक मैं लास्ट का एक दो सवाल है, मैं मेरा मैं निजी ओपीनियन लगता है जे नवजोत सिंह सिद्धू आप नाल पंजाब विच गठजोड़ करे उहदा लीडर बन के आओ तो आप दी मैनू लोकी, क्योंकि कांग्रेस तो भी तंग आ चुके आ, अकालियां तो भी तंग आ चुके आ, मेरा ख्याल इहदा बोर्ड टिल्ट आप विच हो सकता है, आप विच इहनू आउण दा नहीं फायदा है नवजोत सिंह सिद्धू नूं, इहदे बारे की विचार आ? नवजोत सिंह सिद्धू जिहड़ियां हुण जिहड़ियां पिछलियां चोणां आईआं 2017 कांग्रेस चोणों बकायदा डॉक्टर नवजोत कौर सिद्धू, क्योंकि सिद्धू जरा वो अपने एक बयान है कि जो नवजोत कौर सिद्धू करती है मेरे बिहाफ से करते हैं, उन्होंने डॉक्टर नवजोत कौर सिद्धू ने भाजपा होंदया भी वह लगातार जरा उन्होंने केजरीवाल नाल दिल्ली मीटिंग कीतिया, उन्होंने प्रशंसा भी की, इतों तक कि नवजोत सिंह सिद्धू का भी संपर्क हो गया, पर उदो केजरीवाल के सुपने को बहुत अपने बड़े उच्चे सन, वो पंजाब वेखना चाहते थे अपने आप को मुख्यमंत्री, कि दिल्ली एक हैगी है केंद्रीय शासित आ, उत्थे पूरी पावर च नहीं है, ये करके उन्होंने इतने उन्होंने पैर नहीं लगन दिए पंजाब च, हालांकि नवजोत सिंह सिद्धू ने कोशिश की आ लोक इंसाफ पार्टी जी बैंस भरा ने प्रगट सिंह राणा जो विधायक ने कुछ होर जो पंजाब तैक्सी लैके एक ग्रुप भी बनाया सीगा, पर इन्हें बाद वेख्या कि यार जो आम आदमी पार्टी आ कोई बहुता हुंगारा नहीं भर रही, जो इन्होंने मुख्यमंत्री पेश नहीं कर रही, तो इस करके उन्होंने उस जाना मुनासिब उदों बेहतर समझा सीगा। जी तुम हूँ गल की हूँ भी अज की जी गल कुछ समय पहले सिर्फ दो महीने पहलों की गल आ, दो तीन महीने पहलों गल आ, पंजाब एक बार फिर यह उभार होया कि जरा नवजोत सिंह सिद्धू ने वो जा रहे आ आम आदमी पार्टी, ये भगवंत मान पानी फेरता उत्ते हूँ यार कोई गल नहीं है ही नहीं, कोई साडा है ही नहीं गा, मेरी कल ही कल एक कोआर्डीनेटर आया आम आदमी पार्टी का, उन्हें लंबी सीटिंग हुई वो जानने लिए, मैं यार नवजोत सिद्धू का की भविख्या किवें आ, वो कहते यार पंजाब च नहीं कोई है, जो होगा तो केजरीवाल साहब ना उपर हो सकता, पर अजे फिलहाल कोई लगती नहीं गल, मेरा कहन का अरे समा आ ये सब कुछ अरे गर्भ अवस्था ज समय की आने वाला समा जो चार पाँच महीने वो बड़ी तब्दीलियां होनी, नवजोत सिंह सिद्धू लगता है कि वह कांग्रेस नहीं रह सकते, जोड़े उन्होंने ट्वीट आ रहे हैं मैडम दे भाजपा मैं लगता है कि वह सोच सकते हैं कि यार भाजपा मैं अगर रहा प्रशोत्तम जी, आखिरी सवाल देखो अज 5 तरीक आ, पिछले साल 5 अगस्त नू 370 आर्टिकल तोड़िया, अज राम मंदिर दा ओह जिहड़ा हैगा भूमि पूजन हैगा हुण इस वेले शुरू हो गया हैगा, ये तुसी की समझते हो मोदी साहब दी पॉपुलैरिटी दा पंजाब विच सरकार बनाउण च बीजेपी बेनीफिट लै सकदी है अगली 2022 विच? राम मंदिर के मुद्दे से जी? नहीं नहीं पंजाब पंजाब पद्धर के मुद्दे से, मैं पंजाब की गल करता है, देखो कार्ड तो मोदी साहब का चलना है बीजेपी का जोड़ा है ना,
जे बीजेपी की सरकार बनानी हैगी। देखो जेडे मोदी आ जेडे प्रधानमंत्री साडे आस वेले अगवाई च जो कुछ पिछलियां प्राप्तियां हुई ने काफी ਉਹਨਾਂ ਦੀਆਂ ਜਿਵੇਂ ਉਹਨਾਂ ਦੇ ਮੈਨੀਫੈਸਟੋ ਨੇ ਜਿਵੇਂ ਜੰਮੂ ਕਸ਼ਮੀਰ 'ਚ ਧਾਰਾ 370 35 ਹਟਾ ਕੇ ਉਹਨੂੰ ਕੇਂਦਰ ਸ਼ਾਸਿਤ ਮਿਲ ਕੇ ਦੋ ਸੂਬਿਆਂ 'ਚ ਵੰਡ ਦੇਣਾ ਤਾਂ ਕਿ ਇਹ ਪ੍ਰਭਾਵ ਜਾਵੇ ਕਿ ਯਾਰ ਅਸੀਂ ਦੇਸ਼ ਦੀ ਏਕਤਾ ਦੇ ਖੰਡਤਾ ਦੇਸ਼ ਦੀ ਰਾਖੀ ਅਸੀਂ ਕਰ ਸਕਦੇ ਹਾਂ ਇਹਦੇ 'ਤੇ। ਤਾਂ ਉਹਨਾਂ ਨੇ ਰਾਮ ਮੰਦਿਰ ਦਾ ਜਿਹੜਾ ਅੱਜ ਉਹਦੇ 100 ਵਿਰੋਧ ਦੇ ਬਾਵਜੂਦ ਭੂਮੀ ਪੂਜਨ 'ਚ ਐਜ ਏ ਸਰਕਾਰੀ ਨੁਮਾਇੰਦੇ ਵਜੋਂ ਪ੍ਰਧਾਨ ਮੰਤਰੀ ਵਜੋਂ ਸ਼ਾਮਿਲ ਹੋਏ ਆ। ਹਾਂਜੀ ਉਹਦਾ ਭੂਮੀ ਪੂਜਨ ਵਗੈਰਾ ਸ਼ਾਮਿਲ ਨੇ, ਉਹਦਾ ਨੀਂਹ ਪੱਥਰ ਰੱਖਣ ਜਾ ਰਹੇ ਨੇ, ਸਭ ਕੁਝ ਜਿਹੜੀਆਂ ਪਰੰਪਰਾਵਾਂ ਨੇ ਇਹਦੇ ਵਿੱਚ ਜਿਹੜਾ ਹਿੰਦੂ ਗਿਰ ਰਿਹਾ ਉਹਦੇ ਪ੍ਰਭਾਵਿਤ ਹੋਏਗਾ। ਪਰ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਕਿਸਾਨੀ ਆ, ਕਿਉਂਕਿ ਜਿਹੜੀ ਕਿਸਾਨੀ ਆ ਉਹ ਖੇਤੀ ਦੇ ਆਧਾਰ 'ਤੇ ਆ। ਪੰਜਾਬ ਦਾ 70% ਦੀ ਅਰਥਚਾਰਾ ਜਿਹੜਾ ਉਹ ਖੇਤੀ ਦੇ ਆਧਾਰ 'ਤੇ ਆ। ਜਿਹੜੇ ਕਿ 3 ਖੇਤੀ ਆਰਡੀਨੈਂਸ ਆ, ਭਾਵੇਂ ਬੀਜੇਪੀ ਇਹ ਬੜਾ ਇੱਕ ਸਪਸ਼ਟ ਦਾਅਵਾ ਕਰ ਰਹੀ ਆ ਕਿ ਜਿਹੜੇ ਘੱਟੋ ਘੱਟ ਜਿਹੜੀ ਵਸੂਲੀ ਕੀਮਤ ਆ MSP ਜਿਹਨੂੰ ਕਿਹਾ ਜਾਂਦਾ ਉਹ ਨਹੀਂ ਖਤਮ ਕੀਤੀ ਜਾ ਰਹੀ। ਜਦੋਂ ਹਾਲਾਤ ਹੀ ਉਹਦੇ ਪੈਦਾ ਕਰ ਦਿੱਤੇ ਜਾਣਗੇ ਕਿ ਪ੍ਰਾਈਵੇਟ ਅਦਾਰੇ ਜਦੋਂ ਇੱਕ ਵਾਰੀ ਵੱਧ ਕੀਮਤ ਖਰੀਦ ਲੈਣਗੇ, ਵੱਧ ਕੀਮਤ 'ਤੇ ਖਰੀਦਣਗੇ, ਦੁਬਾਰਾ ਫਿਰ ਜਦੋਂ ਮੰਡੀਕਰਨ ਇੱਕ ਸਿਸਟਮ ਹੀ ਟੁੱਟ ਜਾਏਗਾ, ਜਦੋਂ ਮੰਡੀਕਰਨ ਦੇ ਮੁਲਾਜ਼ਮ ਹੀ ਟੁੱਟ ਜਾਣਗੇ ਤਾਂ ਫਿਰ MSP ਦਾ ਕਿੱਥੇ ਉਹਦਾ ਮੰਡੀਕਰਨ ਹੋਏਗਾ। ਇਸ ਕਰਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਜੇ ਇਕੱਲਿਆਂ ਚੋਣ ਲੜਨੀ ਹੋਵੇ ਇਹ ਜਿਹੜੇ ਖੇਤੀ ਦੇ ਜਿਹੜੇ ਆਰਡੀਨੈਂਸ ਨੇ ਉਹਨਾਂ ਬਾਰੇ ਉਹਨਾਂ ਨੂੰ ਕਰਨਾ ਪਊਗਾ, ਉਹਦੇ ਵਿੱਚ ਸੋਧ ਕਰਨੀ ਪਏਗੀ। ਉਹਦੇ ਵਿੱਚ ਆਪਣੇ ਆਰਡੀਨੈਂਸਾਂ 'ਚ ਜਿਹੜਾ ਕਿ ਅਕਾਲੀ ਦਲ ਨਹੀਂ ਕਰਵਾ ਸਕਿਆ ਭਾਈਵਾਲ ਹੋਣ ਦੇ ਬਾਵਜੂਦ, ਉਹ ਕਰਨੀ ਪਏਗੀ ਕਿ MSP ਅਤੇ ਜਿਹੜੇ ਹੋਰ ਮੰਡੀਕਰਨ ਆ ਇਹ ਸਿਸਟਮ ਆ, ਜਾਂ ਹੋਰ ਜਿਹੜੀਆਂ ਕਿਸਾਨਾਂ ਦੀਆਂ ਹੈਗੀਆਂ ਨੇ ਫਸਲਾਂ ਆ ਉਹ ਰੁਲ ਨਹੀਂ ਦਿੱਤੀਆਂ ਜਾਣਗੀਆਂ। ਜੇਕਰ ਮੰਡੀਕਰਨ ਜਿਹੜਾ ਸਰਕਾਰੀ ਵਸੂਲੀ ਮੁੱਲ ਤੋਂ ਘੱਟ ਰੇਟ 'ਤੇ ਜੇ ਵਿਕਣਗੀਆਂ ਤਾਂ ਉਹਦੀ ਭਰਪਾਈ, ਉਹਦੇ ਜਿਹੜੇ ਫਾਰਮ ਬਣਨਗੇ ਉਹ ਭਰਪਾਈ ਜਿਹੜੀ ਹੈ ਕੇਂਦਰ ਸਰਕਾਰ ਜਾਂ ਸਟੇਟ ਗੌਰਮੈਂਟ ਉਹ ਆਪਣੇ ਕੋਲੋਂ ਕਰੇਗੀ, ਜਿੰਨਾ ਚਿਰ ਇਹ ਆਰਡੀਨੈਂਸ ਦੇ ਵਿੱਚ ਦਰਜ ਨਹੀਂ ਹੋਏਗਾ ਪੰਜਾਬ ਲਈ ਵਿਸ਼ੇਸ਼ ਹਾਲਤਾਂ 'ਚ, ਉਹਨਾਂ ਚਿਰ ਭਾਜਪਾ ਦੇ ਵੀ ਜਿਹੜੇ ਪੰਜਾਬ 'ਚ ਪੈਰ ਲੱਗਣੇ ਥੋੜ੍ਹੇ ਔਖੇ ਹੋ ਸਕਦੇ ਆ। ਚਲੋ ਪੁਰਸ਼ੋਤਮ ਜੀ, ਬਹੁਤ ਵਧੀਆ ਜਾਣਕਾਰੀ ਦਿੱਤੇ। ਅਸੀਂ ਕਹਿੰਦੇ ਸਰਕਾਰ ਕੋਈ ਵੀ ਆਵੇ ਪੰਜਾਬ ਦੀ ਬਿਹਤਰੀ ਲਈ ਕਰੇ, ਇਮਾਨਦਾਰ ਨਾਲ ਚੱਲੇ, ਟਰਾਂਸਪੇਰੈਂਟ ਸਰਕਾਰ ਹੋਵੇ, ਲੋਕਾਂ ਦੇ ਕੰਮ ਜਿਹੜੇ ਪ੍ਰਾਇਰਟੀ ਤੇ ਹੋਣ, ਕਰਪਸ਼ਨ ਨਾ ਹੋਵੇ, ਇਹਨਾਂ ਸਾਰਿਆਂ ਅਸੀਂ ਇਸ਼ੂ ਤੇ ਜਿਹੜਾ ਹੈਗਾ ਚਾਹੁੰਦੇ ਵੀ ਸਰਕਾਰ ਨਵੀਂ ਬਣੇ। ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਧੰਨਵਾਦ ਧੰਨਵਾਦ ਧੰਨਵਾਦ।